देश विच गरीबी कोरोना वायरस की महामारी तो भी भयानक साबित होंदी दिखाई दे रही है, क्योंकि गरीबी एक ऐसा भयानक शराप बनती जा रही है कि इंसान गरीबी कारण पल पल मरता है। ऐसा ही एक भयानक मंजर वेखण नूं मिलिया पट्टी हल्के दे पिंड तोंग विखे, जिथे एक गरीब परिवार का मुखिया इलाज पक्षों घर विच ही जिंदगी अते मौत की लड़ाई लड़ रहा है, पर उसकी सार लैण वाला भी कोई दिखाई नहीं दिंदा। जद पत्रकारां दी टीम इस घर विच पहुंची तां घर दे हालात वेख के सब दीआं अखां नम हो गईआं। अते मंजे ते पिआ घर दा मुखिया बलदेव सिंह पुत्र दलीप सिंह, जिस दे ਵਿੱਚ ਐਕਸੀਡੈਂਟ ਦੌਰਾਨ ਸੱਟ ਲੱਗ ਗਈ ਸੀ ਅਤੇ ਸੱਟ ਲੱਗਣ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੀ ਇੱਕ ਨੁੱਕਰ ਵਿੱਚ ਮੰਜੇ ਤੇ ਪਿਆ ਹੋਇਆ ਸੀ। ਜਦ ਇਸ ਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਬਲਦੇਵ ਸਿੰਘ ਦੀ ਪਤਨੀ ਸੱਤੋ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਅਤੇ ਉਸ ਦਾ ਪਤੀ ਹਰ ਰੋਜ਼ ਦਿਹਾੜੀ ਦੱਪਾ ਕਰਕੇ ਘਰ ਚਲਾਉਂਦਾ ਸੀ, ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਤੁਰਿਆ ਜਾ ਰਿਹਾ ਸੀ। ਪਰ ਅੱਜ ਤੋਂ 4 ਦਿਨ ਪਹਿਲਾਂ ਪਿੰਡ ਦੇ ਹੀ ਕਿਸੇ ਜ਼ਿਮੀਦਾਰ ਨਾਲ ਦਿਹਾੜੀ ਤੇ ਗਿਆ ਹੋਇਆ ਸੀ ਅਤੇ ਬਲਟੋਹੇ ਤੋਂ ਇੱਟਾਂ ਲੱਦ ਕੇ ਉਹ ਘਰ ਵਾਪਸ ਆ ਰਹੇ ਸਨ ਤਾਂ ਪੱਟੀ ਮੋੜ ਦੇ ਨਜ਼ਦੀਕ ਉਹਨਾਂ ਦੀ ਟਰੈਕਟਰ ਟਰਾਲੀ ਵਿੱਚ ਨੋਵਾ ਗੱਡੀ ਵੱਜ ਗਈ, ਜਿਸ ਕਾਰਨ ਉਹ ਟਰੈਕਟਰ ਟਰਾਲੀ ਪਲਟ ਗਿਆ ਅਤੇ ਮੇਰਾ ਪਤੀ ਬਲਦੇਵ ਸਿੰਘ ਟਰੈਕਟਰ ਦੇ ਥੱਲੇ ਆ ਗਿਆ, ਜਿਸ ਕਾਰਨ ਉਸ ਦੇ ਸਿਰ ਉੱਤੇ ਸੱਟ ਅਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ। ਹਾਲਤ ਨੂੰ ਗੰਭੀਰ ਦੇਖਦੇ ਹੋਏ ਮੇਰੇ ਪਤੀ ਨੂੰ ਟਰੈਕਟਰ ਟਰਾਲੀ ਮਾਲਕ ਅਤੇ ਪੁਲਿਸ ਵਾਲਿਆਂ ਨੇ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਅਤੇ ਆਪ ਮੌਕੇ ਤੋਂ ਚਲੇ ਗਏ, ਜਿਸ ਤੋਂ ਬਾਅਦ ਸਾਨੂੰ ਪਤਾ ਲੱਗਾ ਤਾਂ ਅਸੀਂ ਜਾ ਕੇ ਦੇਖਿਆ ਕਿ ਮੇਰੇ ਪਤੀ ਦੀ ਹਾਲਤ ਗੰਭੀਰ ਹੈ ਤਾਂ ਸਾਡੇ ਘਰ ਵਿੱਚ ਜੋ ਕੁਝ ਹੈਗਾ ਸੀ ਅਸੀਂ ਉਸ ਨੂੰ ਵੇਚ ਕੇ ਉਸ ਦਾ ਇਲਾਜ ਕਰਵਾਇਆ, ਪਰ ਡਾਕਟਰਾਂ ਨੇ ਸਿਰ ਅਤੇ ਪਸਲੀਆਂ ਦੀ ਸੱਟ ਹੋਣ ਕਾਰਨ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਸਾਡੇ ਕੋਲ ਕੋਈ ਵੀ ਪੈਸਾ ਨਾ ਹੋਣ ਕਾਰਨ ਅਸੀਂ ਬਲਦੇਵ ਸਿੰਘ ਨੂੰ ਆਪਣੇ ਘਰ ਵਾਪਸ ਲੈ ਆਏ। ਪੀੜਤ ਪਰਿਵਾਰ ਨੇ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਸਾਨੂੰ ਕੁਝ ਵੀ ਨਹੀਂ ਚਾਹੀਦਾ, ਸਿਰਫ ਉਹ ਬਲਦੇਵ ਸਿੰਘ ਦਾ ਇਲਾਜ ਕਰਵਾ ਦੇਣ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਰਹੇ। ਹਾਂਜੀ, ਦਿਹਾੜੀ ਗਏ। ਅੱਛਾ ਜੀ। ਅੱਜ 4 ਦਿਨ ਜਾਂਦੇ ਰਹੇ ਉਹਨਾਂ ਨਾਲ ਤੇ ਟਰੈਕਟਰ ਟਰਾਲੀ ਦੇ ਇੱਟਾਂ ਵੀ ਲੱਦੀਆਂ, ਉੱਥੋਂ ਲਿਆਉਣੀਆਂ ਇੱਟਾਂ 'ਚ ਪਿੰਡ ਇੱਟਾਂ ਲੱਦੀਆਂ, ਗਾਡਰ ਗੁਡਰ ਵੀ ਲੱਦੇ, ਤੋ ਪਿੱਛੋਂ ਨਵਾਂ ਗੱਡੀ ਆਈ ਉਹਨਾਂ ਵਿੱਚ ਮਾਰੀ ਗਿਆ ਅਤੇ ਪਲਟ ਗਈ। ਕੋਈ ਨਾ ਕਿਸੇ ਨੇ ਪੁੱਛਿਆ ਹੀ ਨਹੀਂ ਸਰ। ਇਹਨਾਂ ਦੇ ਸੱਟ ਕਿਵੇਂ ਲੱਗੀ? ਟਰਾਲੀ ਦੇ ਇੱਕ, ਟਰੈਕਟਰ ਦੇ ਥੱਲੇ ਆ ਗਏ? ਦੇ ਥੱਲੇ ਆ ਗਏ। ਅਤੇ ਕਿੰਨੇ ਦਿਨ ਰਹੇ ਹਸਪਤਾਲ? ਇੱਕ ਦਿਨ ਹੀ ਗਏ। ਕਿਤਨਾ ਲੱਗੀਆਂ ਸੱਟਾਂ ਵੀਰ? ਜਿਹੜਾ ਲੰਮੇ ਪਿਆ ਅਸੀਂ ਭਾਜੀ ਭਿੱਖੀ ਤੋਂ ਇੱਟਾਂ ਢੇੜ ਕੇ ਲਈ ਆਉਂਦੇ ਹਾਂ ਤੇ ਰਾਹ ਚ ਮੋੜ ਲਾ ਕੇ ਆ ਕੇ ਨੋਆ ਗੱਡੀ ਵੱਜੀ ਆ, ਮਗਰੋਂ ਉਹਨੇ ਟਰੈਕਟਰ ਟਰਾਲੀ ਮੂਧਾ ਕਰਤਾ ਵਾ। ਮੈਂ ਇੱਟਾਂ ਦੇ ਉੱਤੇ ਬੈਠਾ ਹਾਂ, ਮੈਂ ਦੂਰ ਜਾ ਡਿੱਗਾ, ਮੇਰੇ ਤੋਂ ਚਲੋ ਘੱਟ ਹੈ ਸੱਟ, ਰਗੜਾਂ ਲੱਗੀਆਂ ਟਿਊਬ ਨਾਲ ਠੁੱਕਾ ਵਾ। ਜਿਹੜਾ ਮੇਰਾ ਛੋਟਾ ਭਰਾ ਵਾ ਉਹ ਮਰਗਾੜ ਦੇ ਵਿੱਚ ਆ ਗਿਆ ਸੀ, ਉਹਨੂੰ ਖਿੱਚ ਕੇ ਕੱਢਿਆ ਗਿਆ ਵਾ ਅਤੇ ਅਸੀਂ ਹੁਣ ਲਾ ਜਾਂਦੇ ਹਾਂ ਅਤੇ ਉਹ ਇਲਾਜ ਨਹੀਂ ਘਰ ਵਾਲੇ ਸਾਨੂੰ ਕਰਾ ਕੇ ਦਿੰਦੇ। ਹੁਣ ਹਾਲਤ ਕੀ ਉਹਦੀ? ਬਹੁਤ ਗੰਭੀਰ ਹਾਲਤ ਆ, ਨਾ ਉੱਠ ਕੇ ਬੈਠਾ ਜਾਂਦਾ, ਨਾ ਕੋਈ ਖਾਂਦਾ ਨਾ ਉਹ ਪੀਂਦਾ। ਕੀ ਮੰਗ ਕਰਦੇ ਨੇ? ਅਸੀਂ ਮੰਗ ਇਹ ਕਰਦੇ ਹਾਂ ਵੀ ਉਹਦਾ ਇਲਾਜ ਕੀਤਾ ਜਾਵੇ, ਘਰ ਵਾਲੇ ਕਰਾ ਕੇ ਨਹੀਂ ਦਿੰਦੇ। ਸਮਾਜ ਸੇਵੀ ਸੰਤਾਂ ਤੋਂ ਕੀ ਮੰਗ ਕਰਦੇ? ਮੰਗ ਸਾਡੀ ਇਹੋ ਹੀ ਆ ਵੀ ਉਹਦਾ ਇਲਾਜ ਹੋ ਜਾਵੇ। ਕੀ ਨਾਮ ਭੈਣ ਜੀ ਤੁਹਾਡਾ? ਸਰਬਜੀਤ। ਕੀ ਗੱਲ ਹੋਈ ਹੈ ਵੀਰ? ਦੋਵੇਂ ਭਰਾ ਗਏ ਸੀ ਹੱਥੋਂ ਦਿਹਾੜੀ ਆਈ, ਮੈਂ ਤਾਂ ਘੱਲਿਆ ਨਹੀਂ, ਮੈਂ ਨਹੀਂ ਜਾਣਾ। ਉਹਨਾਂ ਦੀ ਖਰੇ ਇੱਦਾਂ ਹੀ ਕੋਈ ਲਿਖਤੀ ਚਾਹੇ ਕਿੱਦਾਂ ਮੰਨ ਲਓ, ਉਹਨਾਂ ਜਦੋਂ ਗਏ ਆ ਭਿੱਖੀ ਵਿੰਡੋ ਇੱਟਾਂ ਲੱਦ ਕੇ ਲਿਆਏ ਆ, ਆਣ ਕੇ ਅਤੇ ਮੋੜ ਲੱਗ ਗਿਆ, ਆਣ ਕੇ ਐਕਸੀਡੈਂਟ ਹੋ ਗਿਆ, ਉਹਨੇ ਨਵਾਂ ਗੱਡੀ ਲਿਆ ਕੇ ਵਿੱਚ ਮਾਰੀ ਆ, ਨਾ ਸਾਨੂੰ ਗੱਡੀ ਵਾਲਿਆਂ ਨੇ ਕੋਈ ਸੁਰਜਵਾਬ ਦਿੱਤਾ, ਨਾ ਸਾਨੂੰ ਕੋਈ ਟਰੈਕਟਰ ਵਾਲਿਆਂ, ਨਾ ਸਾਡੇ ਪਿੰਡ ਵਾਲੇ ਨੇ ਕੋਈ ਸਾਡੀ ਸੁਣਾਈ ਕੀਤੀ ਆ। ਉਹਨੇ ਵੀ ਹੱਥ ਜੋੜਤੇ ਆ ਵੀ ਸਾਡੇ ਕੋਈ ਪੈਸਾ ਨਹੀਂ ਹੈਗਾ, ਹੁਣ 4-5 ਲੱਖ ਦਾ ਖਰਚਾ ਵਾ, ਨਿੱਕਾ ਨਿੱਕਾ ਬੱਚੇ ਆ, ਹੁਣ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ, ਸਾਨੂੰ ਗਾੜ ਗੁੱਟ ਕਮਾਉਂਚੀਆਂ ਕਰਦੇ, ਕੱਲ੍ਹ ਥਾਣੇ ਗਏ, ਥਾਣੇ ਵਾਲਿਆਂ ਨੇ ਵੀ ਸਾਡੀ ਕੋਈ ਨਹੀਂ ਸੁਣੀ। ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਰਗੜਾਂ ਲੱਗੀਆਂ, ਉਹਨਾਂ ਆਪਦੀ ਸੱਟ ਮਹਿਸੂਸ ਕੋਈ ਨਹੀਂ ਕੀਤੀ, ਉਹ ਇਹਦੇ ਦੇ ਦਾਲ ਹੀ ਰਿਹਾ। ਮੇਰਾ ਭਰਾ ਥੱਲੇ ਆ ਗਿਆ ਟਰੈਕਟਰ ਦੇ, ਮੇਰਾ ਭਰਾ 100 ਬੰਦਾ ਹੀ ਨਹੀਂ ਕਿਸੇ ਨੇ ਹੱਥ ਪਾਇਆ, ਇਕੱਲੇ ਨੇ ਉੱਥੇ ਜਾ ਕੇ ਕੱਢਿਆ, ਪਿੱਛੋਂ ਟਰੈਕਟਰ ਵਾਲਾ ਜਿਹੜਾ ਆਇਆ ਉਹਨੇ ਨਾਲ ਕਢਵਾਇਆ, ਫਿਰ ਇਹਦੀ ਜਾਨ ਬਚੀ ਆ, ਦਿਮਾਗੀ ਸੱਟ ਲੱਗੀ, ਉਹਨਾਂ 4-5 ਲੱਖ ਦਾ ਖਰਚਾ ਦੱਸਿਆ। ਅਸੀਂ ਕਿੱਥੋਂ ਕਰੀਏ, ਗਰੀਬ ਬੰਦੇ ਆ, ਅਸੀਂ ਦਿਹਾੜੀਦਾਰ ਬੰਦੇ ਆ, ਖਾਂਦੇ ਹਾਂ ਲਿਆ ਕੇ, ਇੰਨਾ ਹੀ ਕਮਾ ਕੇ ਲਿਆਉਣਾ ਸੀ ਤਾਂ ਅਸੀਂ ਖਾਣਾ, ਸਾਨੂੰ ਦੱਸੋ ਵੀ ਹੁਣ ਅਸੀਂ ਕੀ ਕਰ ਸਕਦੇ? ਨਹੀਂ ਹੁਣ ਇਲਾਜ ਦੁੱਖੋਂ ਘਰ ਪੈਣ। ਹਾਂਜੀ, ਇਲਾਜ ਦੁੱਖੋਂ ਅਸੀਂ ਘਰੇ ਲੈਣ ਦਾ। ਕੀ ਮੰਗ ਕਰਦੇ ਤੁਸੀਂ? ਮੰਗ ਇਹ ਕਰਦੇ ਵੀ ਇਹ ਠੀਕ ਹੋਣਾ ਚਾਹੀਦਾ, ਨਿੱਕੇ ਨਿੱਕੇ ਬੱਚੇ ਆ, ਵੀ ਇਲਾਜ ਕਰਵਾਇਆ ਜਾਵੇ, ਘਰੇ ਆ ਜਾਵੇ ਸਹੀ ਸਲਾਮਤ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ, ਪਹਿਰੇਦਾਰ TV।